ਸਤਿ ਸ਼੍ਰੀ ਅਕਾਲ ਐਫ ਐਮ ਆਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਯੂਕੇ 'ਚ ਸੰਗਤ ਟੀਵੀ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਮੈਂ ਹਾਂ ਕਾਸਿਫ ਫਾਰੂਕੀ ਔਰ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਹੈਡਲਾਈਨਸ। ਕੈਸ਼ ਕ੍ਰੈਡਿਟ ਲਿਮਿਟ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੀਐਮ ਨਰਿੰਦਰ ਮੋਦੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨਾਲ ਹੋਈ ਮੁਲਾਕਾਤ, ਪੰਜਾਬ ਦੀ ਕੈਸ਼ ਲਿਮਿਟ ਵਧਾਉਣ ਦੀ ਕੀਤੀ ਮੰਗ। ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ, ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ 'ਚ ਕਹੀ ਗੱਲ, ਕਿਹਾ ਏਅਰਬੇਸ ਦੇ ਨੇੜੇ ਪਿੰਡਾਂ 'ਚ ਲੁਕੇ ਹੋ ਸਕਦੇ ਨੇ ਅੱਤਵਾਦੀ। ਰਿਪੋਰਟ ਮਗਰੋਂ ਸੁਰੱਖਿਆ ਏਜੰਸੀਆਂ ਨੇ ਇਲਾਕੇ 'ਚ ਸਰਚ ਆਪਰੇਸ਼ਨ ਕੀਤਾ ਸ਼ੁਰੂ। ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਨੇ ਆਪ ਆਗੂ ਐਚ ਐਸ ਫੂਲਕਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ। ਫੂਲਕਾ ਨੇ ਪਿਛਲੇ ਦਿਨੀਂ 84 ਕਤਲਿਆਂ ਮਾਮਲੇ 'ਚ ਮੁਸਲਿਮ ਲੋਕਾਂ ਦੀ ਸ਼ਮੂਲੀਅਤ ਬਾਰੇ ਦਿੱਤਾ ਸੀ ਬਿਆਨ, ਕਿਹਾ ਫੂਲਕਾ ਦਾ ਬਿਆਨ ਸਿਆਸਤ ਤੋਂ ਪ੍ਰੇਰਿਤ। ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇੱਕੋ ਸਮੇਂ 20 ਉਪਗ੍ਰਹਿ ਲਾਂਚ ਕਰਕੇ ਰਚਿਆ ਇਤਿਹਾਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਦਿੱਤੀ ਵਧਾਈ। ਦੁਨੀਆ ਭਰ 'ਚ ਮਸ਼ਹੂਰ ਪਾਕਿਸਤਾਨੀ ਕਵਾਲ ਅਮਜਦ ਸਾਬਰੀ ਦੀ ਕਰਾਚੀ 'ਚ ਗੋਲੀਆਂ ਮਾਰ ਕੇ ਹੱਤਿਆ, ਕਰਾਚੀ ਦੇ ਲਿਆਕਤਾਬਾਦ 'ਚ ਹਮਲਾਵਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ। ਪੰਜਾਬ 'ਚ ਚੋਣ ਵਰਾ ਹੋਣ ਕਰਕੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਆਪਣੀ ਫਸਲ ਦੀ ਅਦਾਇਗੀ ਸਮੇਂ ਸਿਰ ਹੋਵੇ ਅਤੇ ਪੰਜਾਬ 'ਚ ਪਿਛਲੇ ਦਿਨੀਂ ਗਰਮਾਏ 12,000 ਕਰੋੜ ਦੇ ਕਥਿਤ ਅਨਾਜ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨੂੰ ਵੀ ਮਿਲੇ। ਆਪਣੀ ਮੁਲਾਕਾਤ ਦੌਰਾਨ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਦੀ ਮੰਗ ਕੀਤੀ ਹੈ, ਉੱਥੇ ਹੀ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਫੰਡਾਂ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਸੀਐਮ ਬਾਦਲ ਨਾਲ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੌਜੂਦ ਰਹੇ। ਪੰਜਾਬ ਤਕਰੀਬਨ 2.5% ਉਸਕਾ ਏਰੀਆ ਹੈ, ਲੇਕਿਨ ਹਮ ਸਾਰੇ ਹਿੰਦੁਸਤਾਨ ਕੋ ਜੋ ਫੂਡ ਦੇਤੇ ਹੈ 50% ਦੇਤੇ ਹੈ, ਔਰ ਇਸਕੀ ਜੋ ਪ੍ਰੋਕਿਓਰਮੈਂਟ ਹੈ ਉਹ ਔਨ ਬਿਹਾਫ ਆਫ ਦਾ ਸੈਂਟਰਲ ਗਵਰਨਮੈਂਟ ਹਮਾਰੀ ਏਜੰਸੀਜ ਕਰਤੇ ਹੈ, ਕੁਛ ਐਫ ਸੀ ਆਈ ਡਾਇਰੈਕਟ ਕਰਤੀ ਹੈ, ਤੋ ਹਮ ਚਾਹਤੇ ਹੈ ਕਿ ਜੋ ਸਾਰਾ ਅਕਾਊਂਟ ਹੈ ਉਹ ਸੈਟਲ ਹੋ ਜਾਏ। ਆਜ ਬੜੀ ਡਿਟੇਲ ਸੇ ਫਾਈਨੈਂਸ ਮਿਨਿਸਟਰ ਸਾਹਿਬ ਸੇ ਬਾਤ ਕੀ ਹੈ। ਮੇਜਰ ਇਸ਼ੂ ਜੋ ਹੈ ਕਿ ਜੋ ਹਮਾਰੇ ਖਰਚੇ ਹੈ ਇੰਸੀਡੈਂਟਲ ਹੋਤੇ ਹੈ ਵੋ ਜ਼ਿਆਦਾ ਹੈ, ਔਰ ਐਫ ਸੀ ਆਈ ਮੈਂ ਫਰਕ ਹੈ ਕੁਛ, ਸੋ ਯਹ ਅਬ ਡਿਟੇਲ ਮੈਂ ਡਿਸਕਸ ਹੋਇਆ ਬੜਾ ਅੱਛੀ ਤਰ੍ਹਾਂ ਸੇ, ਔਰ ਉਸ ਸਮੇਂ ਉਮੀਦ ਹੈ ਕਿ ਸਭ ਸੈਟਲ ਹੋ ਜਾਏਗਾ। ਹਮਾਰੇ ਫੂਡ ਮਿਨਿਸਟਰ ਸਾਹਿਬ ਔਰ ਕੁਛ ਹੀ ਕੈਨ ਐਡ ਮੋਰ ਟੂ ਸਰ, ਕੁਛ ਡਿਟੇਲ ਕੁਛ ਪੈਸੇ ਕੀ ਤਰਫ ਤੋਂ ਵੀ ਮੰਗੀ ਹੈ 2,000 ਕਰੋੜ ਵੀ ਸਰ ਨਹੀਂ ਉਸਕੋ ਉਨ੍ਹੋਂਨੇ ਕਿਹਾ ਹੈ ਕਿ ਜਲਦੀ ਚੀਫ ਸੈਕਟਰੀ ਹਮਾਰੇ ਔਰ ਉਨਕੇ ਐਕਸਪੈਂਡੀਚਰ ਸੈਕਟਰੀ ਜਾਂ ਫੂਡ ਸੈਕਟਰੀ ਸਭ ਬੈਠੇਂਗੇ ਔਰ ਇਸਕਾ ਪਰਮਾਨੈਂਟ ਹੈਲ ਨਿਕਾਲੇ। ਅਸੀਂ ਜੀ ਅੱਜ ਐਫ ਐਮ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸੀ ਐਮ ਸਾਹਿਬ ਮਿਲਣ ਆਏ ਸੀ ਅਤੇ ਅਸੀਂ ਬੇਸਿਕਲੀ ਦੱਸਣ ਆਏ ਸੀ ਵੀ ਜਿਹੜਾ ਇੰਨੀ ਦੇਰ ਦਾ ਇਤਨੀ ਦੇਰ ਸੇ ਉਹ ਜੋ ਪੈਂਡਿੰਗ ਸੋਲੂਸ਼ਨ ਹੈ ਇਹ ਪੈਂਡਿੰਗ ਪ੍ਰੋਬਲਮ ਹੈ, ਯਾਨੀ ਕਿ ਵੀ ਇਸਕਾ ਇੱਕ ਸੋਲੂਸ਼ਨ ਜਲਦ ਸੇ ਜਲਦ ਮਤਲਬ ਕਰਾਇਆ ਜਾਏ, ਸੋ ਇਸ ਚੀਜ਼ ਕੇ ਬਾਰੇ ਮੇਂ ਆਜ ਚਰਚਾ। ਭਾਈ ਸਾਹਿਬ 2,000 ਕਰੋੜ ਕਲੇ ਦੀ ਗੱਲ ਨਹੀਂ ਹੈ, ਸੋਲੂਸ਼ਨ ਹੈ, ਸੈਟਲਮੈਂਟ ਹੈ, ਟਰਮਸ ਆਫ ਕੰਡੀਸ਼ਨਸ ਇਹ ਸਾਰੇ ਦੀ ਸੈਟਲਮੈਂਟ ਹੈ, ਵੀ ਆਰ ਲੁਕਿੰਗ ਫਾਰ ਲੌਂਗ ਟਰਮ ਸੋਲੂਸ਼ਨਸ। ਸੋਲੂਸ਼ਨ ਕਿਸ ਤਰੀਕੇ ਨਾਲ? ਸੋਲੂਸ਼ਨ ਇਹ ਜੀ ਜੋ ਐਕਸਪੈਂਡੀਚਰਸ ਹੁੰਦੇ ਨੇ ਸਟੇਟ ਐਕਸਪੈਂਡ ਕਰਦਾ ਔਨ ਪ੍ਰੋਕਿਓਰਮੈਂਟ ਪ੍ਰੋਸੀਜਰਸ ਔਨ ਬਿਹਾਫ ਆਫ ਪ੍ਰਿੰਸੀਪਲ ਵਿਚ ਇਜ਼ ਗਵਰਨਮੈਂਟ ਆਫ ਇੰਡੀਆ, ਦ ਸਟੇਟ ਇਜ਼ ਸਿੰਪਲੀ ਐਨ ਏਜੰਟ ਔਨ ਦੇਅਰ ਬਿਹਾਫ। ਏਅਰਬੇਸ 'ਤੇ ਇੱਕ ਵਾਰ ਫਿਰ ਤੋਂ ਅੱਤਵਾਦੀ ਹਮਲਾ ਹੋ ਸਕਦਾ, ਹਮਲੇ ਦੀ ਸਾਜਿਸ਼ ਲਈ ਅੱਤਵਾਦੀ ਏਅਰਬੇਸ ਦੇ ਨੇੜਲੇ ਪਿੰਡਾਂ 'ਚ ਲੁਕੇ ਹੋਏ ਨੇ, ਇਹ ਬਿਆਨ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਦਿੱਤਾ ਹੈ। ਕਮੇਟੀ ਮੁਤਾਬਕ ਇਸ ਬਾਰੇ ਸਰਕਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਉੱਧਰ ਇਸ ਬਿਆਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਲਾਕੇ 'ਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਅਤੇ ਏਅਰਬੇਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਾਰਲੀਮੈਂਟ ਕਮੇਟੀ ਦੇ ਹੈੱਡ ਸੀਗੇ ਸ਼੍ਰੀ ਪੀ ਭੱਟਾਚਾਰੇ, ਉਹਨੇ ਕੋਲ ਜੰਮੂ 'ਚ ਸਟੇਟਮੈਂਟ ਦਿੱਤੀ ਉਹਨਾਂ ਨੇ ਜੰਮੂ ਬਾਲਾਗਾ ਕਿ ਪਠਾਨਕੋਟ ਏਅਰਫੋਰਸ ਸਟੇਸ਼ਨ ਦੇ ਆਸ ਪਾਸ ਪਿੰਡਾਂ 'ਚ ਕੁਛ ਆਤੰਕਵਾਦੀ ਛੁਪੇ ਹੈਗੇ ਹੈ। ਮੈਂ ਇਸ ਬਾਰੇ ਸੀ ਸੀਨੀਅਰ ਮੈਨ, ਮੈਂ ਕੋਈ ਬਹੁਤਾ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਸੋ ਅਸੀਂ ਸੋਚਿਆ ਕਿ ਅਸੀਂ ਸਰਚ ਕਰਕੇ ਦੇਖ ਲੈਂਦੇ ਹਾਂ ਵੀ ਕੀ ਹੈ ਕੀ ਨਹੀਂ ਹੈਗਾ। ਤੋ ਅੱਜ ਮੇਰੇ ਸਾਰੇ ਆਫਿਸਰ ਸਾਰੇ ਐਸ ਓ ਤਕਰੀਬਨ ਅਸੀਂ 300 ਦੇ ਕਰੀਬ ਅਸੀਂ ਆ ਜਵਾਨ ਲੈ ਕੇ ਆਏ ਫੋਰਸ ਦੇ, ਅਸੀਂ ਜਿਹੜੇ 25-30 ਪਿੰਡ ਆਸ ਪਾਸ ਹੈਗੇ ਆ ਸਾਰੇ ਅਸੀਂ ਸਰਚ ਕੀਤੇ ਹੈ। ਲੋਕਾਂ ਨੂੰ ਅਸੀਂ ਘਰੋ ਘਰੀ ਜਾ ਕੇ ਪੁੱਛਿਆ ਹੈਗਾ, ਗਲੀ ਗਲੀ ਜਾ ਕੇ ਪੁੱਛਿਆ ਹੈਗਾ ਕਿ ਦੱਸੋ, ਸਰਪੰਚ ਪੁੱਛਿਆ ਹੈਗਾ, ਗੁੱਜਾ ਡੇਰੇ ਸਰਚ ਕੀਤੇ, ਅਸੀਂ ਕੋਈ ਐਸੀ ਕੋਈ ਚੀਜ਼ ਨਜ਼ਰ ਆਈ ਹੈ, ਕਿਸਨੇ ਵੀ ਇਸ ਚੀਜ਼ ਤੋਂ ਇਨਕਾਰ ਕੀਤਾ ਹੈਗਾ। ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਦੁਆਰਾ ਜੋ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਇੱਕ ਬਹੁਤ ਹੀ ਸਰਾਹਨੀ ਕਦਮ ਹੈ, ਕਿਉਂਕਿ ਜਿਸ ਤਰ੍ਹਾਂ ਕਾ ਪਹਿਲੇ ਇੱਕ ਹਮਲਾ ਜੋ ਪਠਾਨਕੋਟ ਏਅਰਬੇਸ 'ਤੇ ਹੋ ਚੁੱਕਾ ਹੈ ਉਸਕੋ ਦੇਖਦੇ ਹੋਏ ਇਹ ਇਨਪੁਟ ਇੱਕ ਬਹੁਤ ਹੀ ਅਹਿਮ ਰੋਲ ਅਦਾ ਕਰਤੀ ਹੈ। ਤੋ ਪੁਲਿਸ ਕੀ ਜੋ ਪੈਟਰੋਲਿੰਗ ਹੈ
एक हम शहर वासियों के लिए, देशवासियों के लिए एक बहुत ही पॉजिटिव चीज़ है, ताकि हमें किसी तरह का नुकसान ना हो सके, देश को किसी तरह का नुकसान ना हो सके। और हमें शहरवासी होने के नाते पुलिस को पूरा कोऑपरेट करना चाहिए, क्योंकि पुलिस जो ये है अपने जो पब्लिक एरिया है, सिविलियन एरिया है, उसके आसपास है। कुछ पब्लिक के कुछ लोग घबराए हुए हैं, लेकिन घबराने की कोई बात नहीं है। उधर मुख्यमंत्री प्रकाश सिंह बादल ने पठानकोट च अतवादियों के छुपे होने का खंडन किया। उन्होंने कहा कि एयरबेस और सरहद की सुरक्षा केंद्रीय एजेंसियों को पंजाब पुलिस केंद्र का पूरा साथ दे रही है। इस तो इलावा कैप्टन अमरिंदर सिंह ने अतवादियों के छुपे होने की गलों अफवाह दसिया। देखो उसमें हमारा तो जे को है कि नहीं है, मेरा तो ख्याल नहीं होगी, जब समझ लो उसमें पंजाब गवर्नमेंट का तो कोई कसूर नहीं है ना। आपको लगता है कि देखो हमें जो है, देखिए पंजाब ऐसी जगह बैठा है कि और किसी स्टेट की इस तरह का सिचुएशन नहीं। एक दफ़ा पाकिस्तान, दफ़ा एक तरफ J&K, तो पंजाब को भी हम चाहते हैं कि उनकी पुलिस को मॉडर्नाइज करने के लिए या इस तरह सिचुएशन को मीट करने के लिए हमें लिबरली फंड देने चाहिए, जैसे दूसरी बहुत सारी स्टेटों को देते हैं। तो पंजाब ने तो हमेशा कंट्री को डिफेंड किया है। दसे मैनू आई एम जस्ट एट अ डिफेंस स्टैंडिंग कमेटी की मीटिंग, उत्थे तो कोई गल नहीं उठी। इहनू पता नहीं कित्थों आ रहे ये लोग, इह जी गल्लां गैर जिम्मेवारी की गल्लां करते हैं। ये आउंदे कित्थों ने लोग, सारा पंजाब दे विच फेंस लगे हुए हैं। सिर्फ दीनानगर के कोल उत्थे रावी फट जाती है, कई छोटिया नदियां बन जाए ने उसते, और उत्थे तार नहीं लगती। उत्थे BSF के दो टीयर डिफेंस सिस्टम बनी हुई है, जदी नहीं सी दीनानगर वेले और पठानकोट वेले, हुण तां कवर हो गया वो एरिया, तो कोई नहीं निकल सकता उहदे विच्चों। और इस बंदे नूं उत्थे दिखी जांदे ने लोग, पता नहीं सुपने च वी देखदा। पंजाब कांग्रेस दे प्रधान कैप्टन अमरिंदर सिंह ने नशियां दे मामले ते एक बार मुड़ तो पंजाब सरकार नूं करड़े हत्थी लिया। कैप्टन अमरिंदर सिंह ने कहा कि पंजाब सरकार छोटे तस्करां नूं फड़ रही है, पर वड्डे तस्करां नूं हत्थ पाउण तों डरदी है, क्योंकि वड्डे तस्करां नाल श्रोमणी अकाली दल अते BJP के लीडर जुड़े हुए हैं। पर उधर मुख्यमंत्री प्रकाश सिंह बादल ने कहा है कि पंजाब सरकार पूरी संजीदगी नाल नशियां दे मामले च कार्रवाई कर रही है। कि ये इन्वेस्टिगेशन बहुत देर तो हो रही ने, भी साढ़े समय च चिट्टा नहीं हुंदा सी, चिट्टा तो इन्होंने शुरू किया, लेकिन साढ़े समय विच भी असी बड़ी स्ट्रोंगली इस ते दित्ता सी। NDPS एक्ट असी इहदे लागू किया सी बहुत जगह दे विच, पर अज जिहड़ा ये कर रहे हैं कि छोटे छोटे बच्चों फट के जेल पा दें, दस टोटली रॉन्ग, आई एम अपोज टू दिस। उत्थे उन्होंने तो फट के रीहैबिलिटेशन सेंटर पैना चाहिए, थोड़ा फटने चाहिए ने, जेडे बनाते हैं, लियाते हैं, बेचते हैं, पैसे कमाते हैं, उन्होंने तो आखिरी पर पिछे BJP पिछे अकाली। देखो बिल्कुल गलत है, ये प्रोपेगेंडा है। एक पोलिटिकल पार्टी जो है वो कोई ऐसी बात पकड़ते, उनको ना पंजाब का इंटरेस्ट है ना इस चीज़ का इंटरेस्ट है, सिर्फ एक किसी तरह श्रोमणी अकाली दल के खिलाफ को पॉइंट मिल जाए, उसको चलाए रखते हैं। ये सिस्टम हिंदुस्तान में भी हो गया कि कोई ना कोई पॉइंट लिया, उसको प्रोपेगेंडा करो। अब माफ़ करना, आप उसमें भी लग जाते हैं। तो वहाँ देखिए हमारे ना तो कोई नशा पैदा होता है, सारा बाहर से आता है, अफगानिस्तान से आता है, कोई हिमाचल से आता है, कोई राजस्थान से आता है। हम तो उसको रोकते हैं, हमारी तो डिफेंस है, वहाँ से ही सारी दुनिया को जाता है, सारे हिंदुस्तान को जाता है, तो हम तो उसको रोकते हैं। मलेरकोटला च कांग्रेसी वर्करा ने फूलका खिलाफ रोस प्रदर्शन किया, केजरीवाल समेत HS फूलका दे पुतले साड़े। कांग्रेस वर्कर इस गल तो नाराज़ सन कि फूलका ने सियासत च दाखिल होने तो बाद पहली बार 84 कतलेआम मामले च मुस्लिम भाईचारे दे लोगों की शमूलियत की गल वोटां की राजनीति लिए की है। शहर च कढ़े गए रोस प्रदर्शन च मुस्लिम अते सिख भाईचारे दे लोगों ने हिस्सा लिया, फूलका दे बयान नूं गुमराह करन वाला करार दिता। कैप्टन अमरिंदर सिंह ने एक बार मुड़ तो मुख्यमंत्री प्रकाश सिंह बादल नूं SYL दे मुद्दे ते घेरन की कोशिश की है। कैप्टन अमरिंदर सिंह ने कहा है कि CM बादल नूं पंचायतों तो मते पास करवाउण दी थां ते एक ट्रिब्यूनल बनाउणा चाहिए है, जिस दीआं सिफारशां दे आधारित पंजाब दा केस सुप्रीम कोर्ट च मजबूती नाल पेश हो सके। पंजाब प्रदेश कांग्रेस कमेटी के प्रधान कैप्टन अमरिंदर सिंह ने मुख्यमंत्री प्रकाश सिंह बादल नूं सूबे दीआं वख-वख पंचायतों तो संकल्प पास कराने की बजाय SYL के मुद्दे से सुप्रीम कोर्ट च जोर देने लई कहा है। कैप्टन ने कहा है कि सुप्रीम कोर्ट ही मुश्किल का हल कढ सकदी है।
ਪੰਚਾਇਤਾਂ ਤੋਂ ਸੰਕਲਪ ਪਾਸ ਕਰਾਏ ਜਾਣ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਾਦਲ ਵੱਲੋਂ ਸੁਪਰੀਮ ਕੋਰਟ 'ਚ ਪੰਜਾਬ ਦੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਤੋਂ ਸਵਾਲ ਕੀਤਾ ਹੈ ਕਿ ਪੰਚਾਇਤਾਂ ਦੇ ਸੰਕਲਪ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕਦੇ ਨੇ, ਜਿਵੇਂ ਮੁੱਖ ਮੰਤਰੀ ਬਾਦਲ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਆਖਰੀ ਫੈਸਲਾ ਆਉਣ ਤੋਂ ਪਹਿਲਾਂ ਸੂਬੇ ਨੂੰ ਨਵਾਂ ਟ੍ਰਿਬਿਊਨਲ ਸਥਾਪਿਤ ਕਰਨਾ ਚਾਹੀਦਾ ਹੈ ਜਿਹੜਾ ਮੌਜੂਦਾ ਸਮੇਂ 'ਚ ਪਾਣੀ ਦੀ ਸਹੀ ਉਪਲਬਧਤਾ ਨੂੰ ਦਿਖਾਏ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ 1921 ਤੋਂ 1945 ਵਿਚਾਲੇ ਪੁਰਾਣੇ ਪੰਜਾਬ ਦੀਆਂ ਨਦੀਆਂ 'ਚ ਪਾਣੀ ਦਾ ਵਹਾਅ 15.8 million acre feet ਸੀ, ਪਰ ਉਦੋਂ ਗਲੇਸ਼ੀਅਰ ਪਿਘਲ ਗਏ ਸਨ ਅਤੇ ਇਸ ਦੌਰਾਨ ਪਾਣੀ ਦਾ ਵਹਾਅ ਘੱਟ ਕੇ 13 MF ਤੱਕ ਪਹੁੰਚ ਚੁੱਕਿਆ ਹੈ। ਉਹਨਾਂ ਖੁਲਾਸਾ ਕੀਤਾ ਹੈ ਕਿ ਇਰਾਡੀ ਕਮਿਸ਼ਨ ਜਿਸ ਦੀਆਂ ਸਿਫਾਰਿਸ਼ਾਂ 'ਤੇ ਹਰਿਆਣੇ ਨੇ ਆਪਣਾ ਕੇਸ ਤਿਆਰ ਕੀਤਾ ਹੈ, ਪਾਣੀ ਦਾ ਵਹਾਅ 18 MAF ਹੋਣ ਦਾ ਦਾਅਵਾ ਕੀਤਾ ਸੀ, ਜੋ ਸਰਾਸਰ ਗਲਤ ਹੈ। ਬਾਦਲ ਕੀ ਕਰਦਾ ਹੈ? ਲੁੱਟਮਾਰ ਕਰਦਾ ਹੈ, ਹੋਰ ਕੀ ਕਰਦਾ ਹੈ? ਕੋਈ ਸਾਜ਼ਿਸ਼ ਕਰ ਸਕਦਾ ਬਾਦਲ? ਸੀ ਕੈਨ ਇਨੈਕਟ ਸਮ ਡਰਾਮਾ ਬਿਫੋਰ ਦ ਇਲੈਕਸ਼ਨਸ? ਉਹ ਜਿਹੜੀ ਇਨੈਕਸ਼ਨ, ਮੈਂ ਤੁਹਾਨੂੰ ਦੱਸਾਂ ਕੀ ਕਰੂਗਾ। ਉਹਨੂੰ ਪਤਾ ਹੈ ਕਿ ਇਹ ਸਾਡਾ ਇਹ SYL ਦਾ ਆਪਣੇ ਉਲਟ ਜਾ ਰਿਹਾ ਇਹ ਫੈਸਲਾ, ਕਿਉਂਕਿ ਇਹਨੇ ਦੇਖੋ ਇਹਦੀ 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 ਪਹਿਲੇ ਦਿਨ ਤੋਂ ਦੇਖੋ ਇਹਨੇ ਕਰਤਾ ਕੀਤਾ ਕੀ ਹੈ। ਜਦੋਂ ਸਾਡੇ ਟਾਈਮ 'ਚ ਬਿੱਲ ਪਾਸ ਹੋਇਆ ਸੀ, ਠੀਕ ਹੈ ਨਾ, ਪਾਣੀ ਦਾ, ਉਹ ਹੋਇਆ ਸੀ 12 ਵਜੇ ਦੇ ਕਰੀਬ। 2 ਵਜੇ ਅਸੀਂ ਗਵਰਨਰ ਦੀ ਅਪਰੂਵਲ ਲੈ ਲਈ, 5 ਵਜੇ ਨੋਟੀਫਾਈ ਕਰਕੇ ਅਸੀਂ ਬਿੱਲ ਕਰਤਾ। ਇਹਨਾਂ ਨੇ, ਪੂਰੀ ਅਸੈਂਬਲੀ ਨੇ ਇਹਨਾਂ ਨੂੰ ਸਪੋਰਟ ਕੀਤੀ। 4 ਦਿਨ ਤੱਕ ਗਵਰਨਰ ਕੋਲ ਬਿੱਲ ਨਹੀਂ ਭੇਜਿਆ, ਫਿਰ ਸਾਡੇ ਪਾਰਟੀ ਦੇ MLA ਜਾ ਕੇ ਗਵਰਨਰ ਨੂੰ ਬਿੱਲ ਦੇ ਕੇ ਆਏ ਨੇ। ਇਹ ਚਾਹੁੰਦਾ, ਇਹ ਪਾਣੀ ਦਾ ਹੱਲ ਨਹੀਂ ਚਾਹੁੰਦਾ, ਇਹ ਚਾਹੁੰਦਾ ਕਿ ਇਸ ਨੂੰ ਇਲੈਕਸ਼ਨ ਇਸ਼ੂ ਬਣਾਇਆ ਜਾਵੇ। ਔਰ ਇਹ ਇਲੈਕਸ਼ਨ ਇਸ਼ੂ ਹੁਣ ਇਹਨੇ ਦੇਖਭਾਲ ਵੀ ਸੁਪਰੀਮ ਕੋਰਟ ਠੀਕ ਨਹੀਂ ਕਰ ਰਿਹਾ, ਇਹ ਚਾਹੁੰਦਾ ਕਿ ਆਪਣੇ ਖਿਲਾਫ ਜਾਏ, ਫਿਰ ਇਹਨੇ ਜਾ ਕੇ ਅਸਤੀਫਾ ਦੇ ਕੇ ਲੋਕਾਂ ਕੋਲ ਪਾਣੀ ਦੇ ਮਸਲੇ ਤੇ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਪੰਜਾਬ 'ਚ ਹੜ੍ਹਾਂ ਵੇਲੇ ਦੇ ਸਨ, ਉਦੋਂ ਪਾਣੀ ਦਾ ਪੱਧਰ ਕਾਫੀ ਉੱਤੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦੇ ਹਿਚਕਚਾਹਟ ਨੇ ਪੰਜਾਬ ਦਾ ਕੇਸ ਕਮਜ਼ੋਰ ਕਰ ਦਿੱਤਾ, ਜੋ 2004 'ਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਪਾਸ ਹੋਣ ਤੋਂ ਬਾਅਦ ਕਾਨੂੰਨੀ ਤੌਰ ਤੇ ਬਹੁਤ ਮਜ਼ਬੂਤ ਹੋ ਗਿਆ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ SYL ਦੇ ਮੁੱਦੇ ਤੇ ਸਿਆਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਹਾਲਾਤਾਂ ਦੇ ਵਿਗੜਨ ਲਈ ਜ਼ਮੀਨ ਤਿਆਰ ਕਰ ਰਹੇ ਨੇ ਤਾਂ ਜੋ ਬਾਅਦ 'ਚ ਆਪਣੀਆਂ ਅਸਫਲਤਾਵਾਂ ਨੂੰ ਛਿਪਾ ਸਕਣ। ਬਿਊਰੋ ਰਿਪੋਰਟ, ਫ੍ਰੀ ਮੀਡੀਆ। ਅਬੋਹਰ 'ਚ ਕਾਂਗਰਸੀ ਆਗੂ ਸੁਨੀਲ ਜਾਖੜ ਕਿਸਾਨੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ ਨੇ। ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਕਿਸਾਨੀ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਗਾਏ। ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨ ਸੰਤਾਪ ਭੋਗ ਰਹੇ ਨੇ। ਉਹਨਾਂ ਕਿਹਾ ਕਿ ਜਦੋਂ ਤੱਕ ਅਬੋਹਰ ਦੇ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਹੱਲ ਨਹੀਂ ਕਰਦੇ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਪਾਣੀ 15 ਦਿਨ ਤੋਂ ਬੰਦੀ ਚੱਲ ਰਹੀ ਹੈ, ਕਦੇ ਛੱਡ ਦਿੰਦੇ ਆ, ਕਦੇ ਖੋਲ੍ਹ ਦਿੰਦੇ ਆ ਜੀ। ਅਤੇ ਮਤਲਬ ਸਾਨੂੰ ਪੀਣ ਵਾਲੀ ਪਾਣੀ ਦੀ ਅਤੇ ਨਹਿਰੀ ਪਾਣੀ ਦੀ ਬਹੁਤ ਸਮੱਸਿਆ ਹੈ, ਇਸ ਕਰਕੇ ਅਸੀਂ ਧਰਨਾ ਦਿੱਤਾ ਹੈ ਵੀ ਸਾਡੀ ਲੋੜ ਅਨੁਸਾਰ ਸਾਨੂੰ ਜੋ ਪਾਣੀ ਸਾਡਾ ਹੱਕ ਬਣਦਾ ਉਹ ਸਾਨੂੰ ਪਾਣੀ ਦਿੱਤਾ ਹੈ। ਸਭ ਤੋਂ ਨਿਕੰਮੀ ਸਰਕਾਰ ਸਭ ਤੋਂ ਹੀ ਜੋ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ, ਔਰ ਪਾਣੀ ਦੀ ਬਹੁਤ ਵੱਡੀ ਸਮੱਸਿਆ ਇਸ ਇਲਾਕੇ ਦਾ। ਜਿਹੜਾ ਇੱਕੋ ਇੱਕ ਜਿਹੜੀ ਮਿਹਨਤ ਸੀ ਬਾਗਾਂ 'ਤੇ ਲੋਕਾਂ ਨੂੰ ਬਹੁਤ ਮਿਹਨਤ ਸੀ, ਜਿਹੜਾ ਉਹ ਵੀ ਇਹਨਾਂ ਨੇ ਖਤਮ ਕਰਕੇ ਰੱਖ ਦਿੱਤਾ, ਬਹੁਤ ਵੱਡਾ ਨੁਕਸਾਨ ਕੀ ਇਲਾਕੇ ਦਾ ਕਰੀ ਜਾਂਦੇ ਨੇ। ਬੱਚੋਂ ਕੀ ਤਰ੍ਹਾਂ ਜੋ ਪਾਲ ਪੋਸ ਕਰ ਬੜੇ ਕੀਏ ਹੈ, ਕਿਨੋ ਕੇ ਜੋ ਵਰਖਸ਼ ਹੈ, ਕਿਨੋ ਕੇ ਜੋ ਦਰਖਤ ਹੈ, ਵੋ ਆਜ ਆਗ ਮੇਂ ਝੁਲਸ ਰਹੇ ਹੈ। ਆਜ ਕਿਸਾਨ ਪਾਣੀ ਕੀ ਟੰਕੀ ਖਰੀਦ ਕੇ ਲਾ ਕੇ ਘਰ ਮੇਂ ਪੀਣੇ ਕੇ ਲੀਏ ਨਹੀਂ, ਬਲਕਿ ਆਪਣੇ ਕਿਨੋ ਕੇ ਪੌਦੋਂ ਕੋ ਬਚਾਣੇ ਕੇ ਲੀਏ ਪ੍ਰਯਾਸ ਕਰ ਰਹੇ ਹੈ। ਔਰ ਸਰਕਾਰ ਜੋ ਹੈ ਵੋ ਏਅਰ ਕੰਡੀਸ਼ਨ ਕਮਰੋਂ ਮੇਂ ਬੈਠ ਕੇ ਯੇ ਮਜ਼ਾਕ ਉਡਾ ਰਹੀ ਹੈ, ਕਿਸਾਨ ਕੇ ਜ਼ਖਮੋਂ ਕੇ ਉੱਪਰ ਨਮਕ ਛਿੜਕ ਰਹੀ ਹੈ ਕਿ ਕਿਸਾਨੋਂ ਕੋ ਔਰ ਖਾਸ ਤੌਰ ਪੇ ਜਾਖੜ ਕੋ ਤੋ ਧਰਨੋਂ ਪੇ ਬੈਠਨੇ ਕੀ ਆਦਤ ਹੋ ਗਈ ਹੈ। ਪੰਜਾਬ ਕਾਂਗਰਸ ਦੇ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ BSc ਐਗਰੀਕਲਚਰ ਡਿਗਰੀਆਂ ਦੇ ਮਾਮਲੇ 'ਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਲੰਮੇ ਹੱਥੀ ਲਿਆ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਿਆਂ ਜ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ BSc ਐਗਰੀਕਲਚਰ ਡਿਗਰੀਆਂ ਦੇਣ ਦਾ ਕੰਮ ਨਿੱਜੀ ਯੂਨੀਵਰਸਿਟੀ ਨੂੰ ਦੇ ਕੇ ਕਿਸਾਨਾਂ ਨੂੰ ਹੋਰ ਬਰਬਾਦ ਕਰਨ ਦਾ ਮੁੱਢ ਬੰਨ ਦਿੱਤਾ ਹੈ। ਪੰਜਾਬ ਕਾਂਗਰਸ ਕਮੇਟੀ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਪੰਜਾਬ ਕਾਂਗਰਸ ਅਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਇੱਕ ਵਾਰ ਮੁੜ ਤੋਂ ਨਿਸ਼ਾਨੇ 'ਤੇ ਲਿਆ। ਇੰਦਰਜੀਤ ਸਿੰਘ ਜ਼ੀਰਾ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਸਾਰੇ ਮੁਲਕ ਦੇ ਪੈਸਟੀਸਾਈਡ ਅਤੇ ਐਗਰੀਕਲਚਰ ਨਾਲ ਜੁੜੇ ਡੀਲਰਾਂ ਦੀ ਯੋਗਤਾ BSc ਐਗਰੀਕਲਚਰ ਨੂੰ ਲਾਜ਼ਮੀ ਬਣਾਇਆ ਗਿਆ ਸੀ।
ਪਰ ਜ਼ੀਰਾ ਮੁਤਾਬਕ ਪੰਜਾਬ ਸਰਕਾਰ ਨੇ BSc ਐਗਰੀਕਲਚਰ ਤੋਂ ਛੋਟ ਦੇ ਕੇ ਡੀਲਰਾਂ ਲਈ ਇੱਕ ਡਿਪਲੋਮਾ ਲਾਜ਼ਮੀ ਕਰ ਦਿੱਤਾ। ਜ਼ੀਰਾ ਮੁਤਾਬਕ ਪੰਜਾਬ 'ਚ ਇਸ ਡਿਪਲੋਮੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ ਸਮੇਤ ਕਿਸਾਨ ਵਿਕਾਸ ਕੇਂਦਰ ਮੌਜੂਦ ਨੇ, ਪਰ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਡਿਪਲੋਮਾ ਦੇਣ ਦਾ ਕੰਮ ਇੱਕ ਨਿੱਜੀ ਯੂਨੀਵਰਸਿਟੀ ਨਾਲ ਸਮਝੌਤੇ ਤਹਿਤ ਨੇਪਰੇ ਚਾੜਿਆ। ਜ਼ੀਰਾ ਨੇ ਇਲਜ਼ਾਮ ਲਗਾਏ ਨੇ ਕਿ ਸਾਰੇ ਡਿਪਲੋਮੇ ਇੱਕ ਨਿੱਜੀ ਯੂਨੀਵਰਸਿਟੀ ਤੋਂ ਕਰਵਾਏ ਜਾਣਾ ਮਾਮਲੇ 'ਤੇ ਵੱਡੇ ਸਵਾਲ ਪੈਦਾ ਕਰਦਾ ਹੈ। ਕਿਸਾਨਾਂ ਦਾ ਚਿੱਟੀ ਮੱਖੀ ਨੇ ਨੁਕਸਾਨ ਕੀਤਾ ਹੈ, ਉਹਦੇ ਲਈ ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜੇ ਇਹ ਇਹਦੇ ਨਾਲ ਸੰਬੰਧਿਤ ਐਗਰੀਕਲਚਰ ਨਾਲ ਡੀਲਰ ਨੇ ਉਹਨਾਂ ਨੂੰ ਘੱਟੋ ਘੱਟ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ BSc ਐਗਰੀਕਲਚਰ ਹੋਵੇ, ਔਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਛੋਟ ਦੇ ਕੇ ਇਹ ਕਹਿ ਦਿੱਤਾ ਕਿ ਜਿਹੜੇ ਡੀਲਰ ਨੇ 12,000 ਡੀਲਰ ਹੈ ਇਹਨਾਂ ਤੋਂ ਇਹਨਾਂ ਨੂੰ ਡਿਪਲੋਮਾ ਕਰਾ ਲਿਆ ਜਾਵੇ। ਇੱਕ ਪ੍ਰਾਈਵੇਟ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਹੈ ਰਾਇਤ ਬਾਹਰਾ ਯੂਨੀਵਰਸਿਟੀ ਹੈ, ਉਹ ਬਾਹਰਾ ਯੂਨੀਵਰਸਿਟੀ ਉਹਨੂੰ ਇਹ ਦੇ ਦਿੱਤਾ ਸਾਰਾ ਕੁਛ। ਉਹਨਾਂ ਦਾ ਹਰ ਇਸ਼ਤਿਹਾਰ ਆਉਂਦਾ ਹੈ, ਹਰ ਰੋਜ਼ ਆਉਂਦਾ ਹੈ, ਇੱਕ ਡੀਲਰ ਤੋਂ 70,000 ਰੁਪਈਆ ਉਹਨਾਂ ਲੈਣਾ ਹੈ, ਜਿਹਦੀ ਕੀਮਤ ਬਣਦੀ ਹੈ 84,000 ਕਰੋੜ ਰੁਪਈਆ, ਚੁਰਾਸੀ ਕਰੋੜ ਬਣਦੀ ਹੈ। ਅਤੇ 84 ਕਰੋੜ ਦੇ ਵਿੱਚ ਇਹ ਅਸੀਂ ਸਮਝਦੇ ਹਾਂ ਕਿ ਇਹ ਕੇਂਦਰੀ ਜਿਹੜਾ ਇੱਥੋਂ ਦਾ ਮੰਤਰੀ ਹੈ ਜਥੇਦਾਰ ਤੋਤਾ ਸਿੰਘ ਜੀ ਔਰ ਸਰਕਾਰ ਹੈ ਜਿਹੜੀ ਔਰ ਮਹਿਕਮਾ ਹੈ ਜਿਹੜਾ ਉਹਨਾਂ ਦੀ ਇਹ ਮਿਲੀ ਭੁਗਤ ਹੈ, ਇਹਦੇ ਵਿੱਚ ਵੱਡਾ ਘਫਲਾ ਹੈ। ਇਸ ਲਈ ਸਾਡੀ ਮੰਗ ਹੈ ਕਿ ਇਹਨਾਂ ਦੀ ਇਨਕੁਆਇਰੀ ਕਰਵਾਈ ਜਾਵੇ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਅੰਦਰ ਪੂਰੇ ਮਾਮਲੇ ਦਾ ਨੋਟਿਸ ਨਾ ਲਿਆ ਤਾਂ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨਗੇ। ਆਉਣ ਵਾਲੇ ਸਮੇਂ 'ਚ ਇਹ ਮਾਮਲਾ ਕੀ ਰੁੱਖ ਅਖਤਿਆਰ ਕਰਦਾ ਹੈ ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਬਿਊਰੋ ਰਿਪੋਰਟ, ਫ੍ਰੀ ਮੀਡੀਆ। ਹੁਸ਼ਿਆਰਪੁਰ 'ਚ ਇੰਨੀ ਦਿਨੀ ਚਰਚਾ 'ਚ ਆਏ 100 ਕਰੋੜੀ ਭੂਮੀ ਘੁਟਾਲੇ ਦੀ ਗੂੰਜ ਸੁਣਾਈ ਦੇ ਰਹੀ ਹੈ, ਜਿਸ ਤੋਂ ਬਾਅਦ ਹੁਸ਼ਿਆਰਪੁਰ 'ਚ ਵਿਰੋਧੀ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ 'ਚ ਲੱਗ ਗਏ ਨੇ, ਜਿਸ ਦੇ ਚੱਲਦਿਆਂ ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਵੱਲੋਂ ਕਥਿਤ ਘੁਟਾਲੇ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰਾਂ ਨੇ ਪੂਰੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ। ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਜ਼ੋਨ ਵੱਲੋਂ ਜੋ ਕੁਛ ਦਿਨ ਪਹਿਲਾਂ ਕਿਸਾਨਾਂ ਨਾਲ ਘਪਲਾ ਹੋਇਆ, ਕਰੋੜਾਂ ਰੁਪਏ ਦਾ ਘਪਲਾ ਹੋਇਆ, ਉਹ ਕਿਸਾਨਾਂ ਦੇ ਹੱਕ ਵਿੱਚ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। SDM ਆਫਿਸ ਮੂਹਰੇ ਅਸੀਂ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ। ਇਸ ਵਿੱਚ ਪਤਾ ਚੱਲਿਆ ਸਾਨੂੰ ਕਿ ਜਿਹੜੀ ਕਿਸਾਨ ਗਰੀਬ ਸੀ, ਜਿਨ੍ਹਾਂ ਦੀ ਆਪਣੀ ਬਜ਼ੁਰਗਾਂ ਦੀ ਜ਼ਮੀਨ ਸੀ, ਉਹਨਾਂ ਨੂੰ ਕੋਡੀਆਂ ਭਾਅ ਖਰੀਦ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਲਾਲਚ ਪਾ ਕੇ ਜਾਂ ਡਰਾ ਧਮਕਾ ਕੇ ਕਿਸੇ ਜਿਹੜੇ ਆਪਣੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਹੈਗੇ ਆ, ਨਾਲ ਖਾਸ ਬੰਦੇ ਆ, ਉਹਨਾਂ ਨੂੰ ਵੇਚ ਕੇ ਅਤੇ ਉਹਨਾਂ ਨੇ ਦੁਬਾਰਾ ਅੱਗੇ ਵੇਚ ਕੇ ਲੱਖਾਂ ਕਰੋੜਾਂ ਰੁਪਏ ਕਮਾ ਲਿਆ ਹੈਗਾ। ਇਸ ਵਿੱਚ ਜੋ ਜਿਹਦਾ ਨੁਕਸਾਨ ਹੋਇਆ ਉਹ ਇੱਕ ਆਮ ਆਦਮੀ ਆਮ ਕਿਸਾਨ ਦਾ ਨੁਕਸਾਨ ਹੋਇਆ। ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨੀ ਦੇ ਹਮਦਰਦ ਆ, ਹਿਤੈਸ਼ੀ ਹਾਂ, ਪਰ ਜੋ ਸਾਨੂੰ ਲੱਗ ਰਿਹਾ ਕਿ ਇਹ ਬਿਲਕੁਲ ਉਲਟ ਹੋ ਰਿਹਾ, ਜ਼ਮੀਨੀ ਜਿਹੜਾ ਪੱਧਰ 'ਤੇ ਜੋ ਕਿਸਾਨ ਦਾ ਹਾਲ ਹੋ ਰਿਹਾ ਬਹੁਤ ਹੀ ਬੁਰਾ ਹਾਲ ਹੈ। ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲੇ ਦੀਆਂ ਨਰਸਾਂ ਅੱਜ ਕੱਲ੍ਹ ਕਾਫੀ ਗੁੱਸੇ 'ਚ ਦਿਖਾਈ ਦੇ ਰਹੀਆਂ ਨੇ। ਆਪਣੀ ਪੱਕੀ ਭਰਤੀ ਦੀ ਮੰਗ ਉਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਹੁਣ ਨਰਸਾਂ ਅਤੇ ਇਨਸਨਲਰੀ ਸਟਾਫ ਵੱਲੋਂ ਪਟਿਆਲਾ ਸੰਗਰੂਰ ਅਤੇ ਪਟਿਆਲਾ ਸਮਾਣਾ ਰੋਡ 'ਤੇ ਧਰਨਾ ਲਗਾ ਕੇ ਦੋਵਾਂ ਮਾਰਗਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਹਸਪਤਾਲ ਦੀਆਂ ਨਰਸਾਂ ਵੀ ਇਸ ਰੋਡ ਜਾਮ ਵਿੱਚ ਪਹੁੰਚੀਆਂ। ਨਰਸਾਂ ਵੱਲੋਂ ਪਟਿਆਲਾ ਸੰਗਰੂਰ ਰੋਡ 'ਤੇ ਪੈਂਦੇ ਪਸਿਆਣਾ ਚੌਂਕ ਨੂੰ ਧਰਨੇ ਲਈ ਚੁਣਿਆ ਗਿਆ ਕਿਉਂਕਿ ਪਸਿਆਣਾ ਚੌਂਕ ਤੋਂ ਇੱਕ ਸਿੱਧੀ ਸੜਕ ਸੰਗਰੂਰ ਅਤੇ ਦੂਸਰੀ ਸਮਾਣਾ ਵੱਲ ਨੂੰ ਜਾਂਦੀ ਹੈ, ਇਸ ਲਈ ਪਸਿਆਣਾ ਚੌਂਕ 'ਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਗਿਆ, ਜਿਸ ਤੋਂ ਬਾਅਦ ਪਟਿਆਲਾ ਸੰਗਰੂਰ ਅਤੇ ਪਟਿਆਲਾ ਸਮਾਣਾ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਯਾਤਰੀ ਨੂੰ ਵੀ ਇਸ ਮੌਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਦੇਖਦੇ ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਦੇ ਰੂਟ ਵੀ ਸ਼ਹਿਰ 'ਚ ਬਦਲੇ ਗਏ। ਸਾਡੀ ਇੱਕੋ ਇੱਕ ਡਿਮਾਂਡ ਹੈ ਰੈਗੂਲਾਈਜੇਸ਼ਨ, ਜਿਹੜੀ ਕਿ ਸਾਡੀ ਵਾਕਿਆ ਉਹ ਲੋੜ ਹੈ। ਸਰਕਾਰ ਦੀਆਂ ਬਹੁਤ ਮਿਹਨਤਾਂ ਤਰਲੇ 'ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਹਾਂ, ਕੋਈ ਵੀ ਹੱਲ ਇਸ ਚੀਜ਼ ਦਾ ਨਹੀਂ ਮਿਲਿਆ। ਸਰਕਾਰ ਸਾਨੂੰ ਲਾਰੇ ਲੱਪੇ ਲਾਈ ਜਾਂਦੀ ਹੈ, ਕਦੀ 18 ਤਰੀਕ ਦੇ ਦਿੱਤੀ, ਕਦੀ 10 ਦੇ ਦਿੱਤੀ। ਪਿਛਲੇ 7 ਸਾਲਾਂ ਤੋਂ ਸਾਡੇ ਨਾਲ ਲਾਰੇਬਾਜ਼ੀ ਕਰਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੱਢਿਆ। ਇਹ ਉਦੋਂ ਤੱਕ ਜਾਮ ਅਸੀਂ ਰੱਖਾਂਗੇ ਜਦੋਂ ਤੱਕ ਸਾਡੀ ਜਿਹੜੀ ਮੰਗ ਆ ਰੈਗੂਲਾਈਜੇਸ਼ਨ ਨੂੰ ਕੈਬਨਿਟ ਦੇ ਵਿੱਚ ਨਹੀਂ ਲਿਜਾਇਆ ਜਾਂਦਾ ਅਤੇ ਕੈਬਨਿਟ ਵਿੱਚ ਇਹਨੂੰ ਪਾਸ ਆਊਟ ਨਹੀਂ ਕੀਤਾ ਜਾਂਦਾ। ਜਿਹੜੀ ਸਰ ਸਾਡੀ ਬਹੁਤ ਚਿਰ ਤੋਂ ਆ ਰਹੀ ਹੈ, ਚੱਲੀ ਆ ਰਹੀ ਜਿਹੜੀ ਡਿਮਾਂਡ ਹੈਗੀ ਹੈ, ਇੱਕੋ ਇੱਕ ਡਿਮਾਂਡ ਰੈਗੂਲਾਈਜੇਸ਼ਨ ਦੀ। ਆਹੀ ਚਾਹੁੰਦੇ ਹਾਂ ਕਿ ਸਰਕਾਰ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਔਰ ਜਲਦੀ ਤੋਂ ਜਲਦੀ ਸਾਡਾ ਨੋਟੀਫਿਕੇਸ਼ਨ ਜਾਰੀ ਕਰੇ। ਇਹ ਸੰਘਰਸ਼ ਸਾਡਾ ਕਾਫੀ ਲੰਬੇ ਸਮੇਂ
ਸਮੇਂ ਤੋਂ ਚੱਲਦਾ ਆ ਰਿਹਾ। ਜਿਸ ਦੌਰਾਨ ਅਸੀਂ ਅੰਮ੍ਰਿਤਸਰ ਅਤੇ ਪਟਿਆਲਾ ਅਲੱਗ ਅਲੱਗ ਲੜ ਰਹੇ ਸੀਗੇ, ਇਸ ਵਕਤ ਅਸੀਂ ਦੋਨੋਂ ਕੰਬਾਈਨ ਹੋ ਕੇ ਅੱਜ ਇੱਥੇ ਲੜਨ ਵਾਸਤੇ ਆਏ ਹਾਂ। ਔਰ ਸਰਕਾਰ ਅੱਗੇ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਸਾਡੀ ਜਿਹੜੀਆਂ ਇੱਕੋ ਇੱਕ ਜਿਹੜੀ ਡਿਮਾਂਡ ਹੈਗੀ ਆ ਰੈਗੂਲਾਈਜੇਸ਼ਨ ਦੀ ਵਿਦ ਫੁੱਲ ਸਕੇਲ ਸਾਡੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ। ਪੰਜਾਬ 'ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਤੇਜ਼ ਬਾਰਿਸ਼ ਨਾਲ ਭਾਰੀ ਗਰਮੀ ਤੋਂ ਪਰੇਸ਼ਾਨ ਚੱਲ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੇਰੀ ਨਾਲ ਆਇਆ ਮੌਨਸੂਨ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਹਿਮਾਚਲ ਦੇ ਜੰਮੂ ਕਸ਼ਮੀਰ ਨੂੰ ਵੀ ਮੌਨਸੂਨ ਨੇ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ ਕਵਰ ਕਰ ਲਿਆ। ਮੌਨਸੂਨ ਦੇ 8 ਜੂਨ ਨੂੰ ਕੇਰਲ ਪਹੁੰਚਣ ਤੋਂ ਬਾਅਦ 1 ਜੁਲਾਈ ਤੱਕ ਉੱਤਰੀ ਭਾਰਤ 'ਚ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਮੌਨਸੂਨ ਮੰਗਲਵਾਰ ਨੂੰ ਹਿਮਾਚਲ, ਉੱਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਮੌਨਸੂਨ ਦੀ ਰਫ਼ਤਾਰ ਅਤੇ ਹਾਲਾਤ ਅਨੁਕੂਲ ਬਣੇ ਹੋਏ ਨੇ, ਇਸ ਲਈ ਮੌਨਸੂਨ ਤੈਅ ਸਮੇਂ 'ਚ 29 ਜੂਨ ਤੋਂ ਪਹਿਲਾਂ ਹੀ ਪਹੁੰਚ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ਹਿਰ 'ਚ ਬੀਤੇ 24 ਘੰਟਿਆਂ 'ਚ 25.3 mm ਬਾਰਿਸ਼ ਦਰਜ ਕੀਤੀ ਹੋਈ ਹੈ। ਬੁੱਧਵਾਰ ਦਾ ਦਿਨ ਭਾਰਤ ਲਈ ਪੁਲਾੜ ਦੇ ਖੇਤਰ 'ਚ ਬੇਹੱਦ ਖਾਸ ਰਿਹਾ। ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇਤਿਹਾਸ ਰਚਦੇ ਹੋਏ ਇੱਕੋ ਸਮੇਂ 'ਚ 20 ਉਪਗ੍ਰਹਿ ਲਾਂਚ ਕੀਤੇ। ਇਹ ਸਾਰੇ ਉਪਗ੍ਰਹਿ ਇੱਕੋ ਪੁਲਾੜ PSLV-34 ਨਾਲ ਸਵੇਰੇ 9:26 'ਤੇ ਲਾਂਚ ਕੀਤੇ ਗਏ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਸਟੇਸ਼ਨ ਤੋਂ ਇਹਨਾਂ ਉਪਗ੍ਰਹਿਆਂ ਨੂੰ ਪੁਲਾੜ 'ਚ ਭੇਜਿਆ ਗਿਆ। ਜਾਣਕਾਰੀ ਮੁਤਾਬਕ ਲਾਂਚ ਕੀਤੇ ਗਏ ਉਪਗ੍ਰਹਿਆਂ 'ਚ ਭਾਰਤ ਦੇ ਕਾਰਟੋਸੈਟਾਂ ਅਤੇ ਭਾਰਤੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ 2 ਉਪਗ੍ਰਹਿ ਸਮੇਤ 17 ਵਿਦੇਸ਼ੀ ਸੈਟੇਲਾਈਟ ਸ਼ਾਮਿਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਟੈਲੀਵਿਜ਼ਨ 'ਤੇ ਪ੍ਰੀਖਣ ਦਾ ਸਿੱਧਾ ਪ੍ਰਸਾਰਣ ਉਹਨਾਂ ਦੇਖਿਆ ਅਤੇ ਇਸ ਤੋਂ ਬਾਅਦ ਇਸਰੋ ਨੂੰ ਇਸ ਪੁਲਾਂਘ ਲਈ ਵਧਾਈ ਪੇਸ਼ ਕੀਤੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ED ਨੇ ਵਾਡਰਾ ਨੂੰ ਸਕਾਈਲਾਈਟ ਹੋਸਪਿਟੈਲਿਟੀ ਕੰਪਨੀ ਨਾਲ ਸੰਬੰਧਾਂ ਨੂੰ ਲੈ ਕੇ ਨੋਟਿਸ ਭੇਜਿਆ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬਲੈਕ ਮਨੀ ਨੂੰ ਵਾਈਟ ਕਰਨ ਦੇ ਮਾਮਲੇ 'ਚ ਬੀਕਾਨੇਰ ਜ਼ਮੀਨ ਸੌਦੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਿਵਾਦਿਤ ਜ਼ਮੀਨੀ ਸੌਦਿਆਂ 'ਚ ਵਾਡਰਾ ਦਾ ਨਾਂ ਆਉਂਦਾ ਰਿਹਾ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਵੇਖਦੇ ਰਹੋ FMI ਨਿਊਜ਼।